ਹਾਂਜੀ ਦੋਸਤੋ, ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ। ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਅੱਜ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। 20 ਸਤੰਬਰ ਹੋ ਗਿਆ, ਵੀਡੀਓ ਮੌਸਮ ਸੰਬੰਧੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਵੀ ਆਉਣ ਵਾਲੇ ਦਿਨਾਂ 'ਚ ਮੌਸਮ ਕਿੱਦਾਂ ਦਾ ਰਹੇਗਾ, ਉਸ ਸੰਬੰਧੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ 'ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕਨ ਜ਼ਰੂਰ ਦੱਬ ਲਿਓ। ਕਿਸਾਨ ਵੀਰਾਂ ਲਈ ਮੌਸਮ ਕਿੱਦਾਂ ਦਾ ਰਹੇਗਾ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜੇ ਕਿਸਾਨ ਭਰਾਵਾਂ ਨੇ ਫਸਲਾਂ ਪੱਕ ਗਈਆਂ ਨੇ ਜਾਂ ਪੱਕ ਕੇ ਤਿਆਰ ਹੋ ਗਈਆਂ ਨੇ, ਉਹ ਕਿਸਾਨ ਵੀਰ ਆਪਣੀ ਫਸਲ ਵੱਢ ਸਕਦੇ ਹਨ। ਜਿਨ੍ਹਾਂ ਨੇ ਸਪਰੇਆਂ ਕਰਨੀਆਂ, ਉਹ ਆਪਣੇ ਸਪਰੇਆਂ ਦਾ ਕੰਮ ਵੀ ਨਿਬੇੜ ਲੈਣ, ਤਾਂ ਜੋ ਕਿਸਾਨ ਵੀਰ ਬਾਸਮਤੀ ਹੱਥ ਨਾਲ ਵੱਢਣਾ ਚਾਹੁੰਦੇ ਨੇ, ਅਗਲੇ 6 ਦਿਨਾਂ ਤੱਕ ਆਪਣਾ ਕੰਮ ਨਿਬੇੜ ਲੈਣ, ਕਿਉਂਕਿ 20, 21, 22, 23, 24, 25 ਸਤੰਬਰ ਨੂੰ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਰਹੇਗਾ। ਜ਼ਿਆਦਾਤਰ ਇੰਨੀ ਦਿਨੀ ਪੰਜਾਬ ਅਤੇ ਹਰਿਆਣਾ ਦੇ ਕਿਸੇ ਵੀ ਜਿਹੜੇ 'ਚ ਇੱਕ ਅੱਧੀ ਵਾਰ ਸਰਾਟੇ ਪੈ ਸਕਦੇ ਨੇ, ਉਹ ਵੀ ਨਾ ਮਾਤਰ। 26 ਸਤੰਬਰ ਤੋਂ 27, 28, 29, 30, 1, 2, 3, 4 ਅਕਤੂਬਰ ਦੇ ਪਹਿਲੇ ਹਫ਼ਤੇ ਮੀਂਹਾਂ ਦਾ ਇੱਕ ਤਕੜਾ ਦੌਰ ਲੱਗਣ ਜਾ ਰਿਹਾ। ਸੋ ਜਿਹੜਾ ਪਹਿਲਾ ਦੌਰ ਲੱਗ ਰਿਹਾ ਹੈ ਜੀ 26, 27, 28 ਸਤੰਬਰ, ਉਸ ਟੁੱਟਵੇਂ ਰੂਪ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਹੜਾ ਵਿਚਕਾਰ ਦੂਸਰਾ ਦੌਰ ਲੱਗ ਰਿਹਾ ਹੈ, ਜਿਹੜਾ ਲੱਗੂ 28 ਸਤੰਬਰ ਤੋਂ 4 ਅਕਤੂਬਰ ਦੇ ਵਿਚਕਾਰ, ਚੰਗੇ ਮੀਂਹਾਂ ਦਾ ਦੌਰ ਲੱਗੇਗਾ। ਹਰਿਆਣਾ, ਦਿੱਲੀ, ਸਹਾਰਨਪੁਰ, ਮੁਜ਼ੱਫਰਨਗਰ, ਹਰਿਦੁਆਰ, ਉੱਤਰਾਖੰਡ, ਜੈਪੁਰ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਪੰਜਾਬ ਨਾਲੋਂ ਇਹਨਾਂ ਜ਼ਿਲ੍ਹਿਆਂ 'ਚ ਜ਼ਿਆਦਾ ਮੀਂਹ ਰਹੇਗਾ, ਕਿਉਂਕਿ ਕਿਸਾਨ ਵੀਰੋ ਦੱਖਣ ਪੱਛਮੀ ਮਾਨਸੂਨ ਆਖਰੀ ਦੌਰ 'ਤੇ ਆ। ਇਹ ਮੌਸਮ ਹੁਣ ਦੇ ਹਿਸਾਬ ਨਾਲ ਦੱਸਿਆ ਗਿਆ ਹੈ, ਅੱਗੇ ਮੌਸਮ ਜਿਵੇਂ ਹੀ ਬਦਲਦਾ ਤੁਰੰਤ ਹੀ ਦੱਸ ਦਿੱਤਾ ਜਾਵੇਗਾ, ਕਿਉਂਕਿ ਮੌਸਮ ਚੇਂਜ ਹੋਣ ਦੀ ਸੰਭਾਵਨਾ ਹੈ। ਸੰਭਾਵਨਾ ਵੱਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ, ਜ਼ਿਆਦਾਤਰ ਵਧਣ ਦੇ ਆਸਾਰ ਨੇ। ਇਹ ਸਾਨੂੰ ਮੌਸਮ ਸੰਬੰਧੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰੀਏ। ਅਗਲੀ ਅਪਡੇਟ 'ਚ ਜਲਦੀ ਮਿਲਾਂਗੇ ਜੀ। ਤਦ ਤੱਕ ਲਈ ਧੰਨਵਾਦ।